ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰੋਫੈਸਰ, ਤੁਸੀਂ ਦੇਖ ਰਹੇ ਹੋ ਪ੍ਰੋਫੈਸਰ ਗੇਮਿੰਗ ਯੂਟਿਊਬ ਚੈਨਲ। ਕੀ ਹਾਲ ਚਾਲ ਆ ਮਿੱਤਰੋ, ਅਤੇ ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਊਗੀ ਮੇਰੇ ਹਿਸਾਬ ਨਾਲ, ਅਤੇ ਅੱਜ ਆਪਾਂ ਉਹ ਵੀਡੀਓ ਦਾ ਲੈ ਕੇ ਆਏ ਹਾਂ ਦੂਜਾ ਪਾਰਟ। ਵੀ ਟਰੈਕਟਰ ਦੇ ਆਪਾਂ ਡੈੱਕ ਲਵਾਉਣਾ ਸੀ ਅਤੇ ਹੁੱਡ ਲਵਾਉਣੀ ਸੀ, ਅਤੇ ਆ ਜਾਓ ਮਿੱਤਰੋ ਫਿਰ ਵੀਡੀਓ ਕਰਦੇ ਹਾਂ ਸਟਾਰਟ, ਅਤੇ ਚੱਲਦੇ ਹਾਂ ਆਪਾਂ ਵਰਕਸ਼ਾਪ 'ਤੇ, ਅਤੇ ਦੇਖਦੇ ਹਾਂ ਆਪਾਂ ਵੀ ਮਨਜੋਤ ਨੇ ਟਰੈਕਟਰ ਬਣਾ ਤਾ ਕਿ ਨਹੀਂ। ਉਹ ਵੀਰੇ ਲਾਤੀ ਹੁੱਡ, ਹੱਡ ਵੀ ਬੂਫਰ ਵੀ ਲਾ ਤੇ ਲੈ ਮਿਲ। ਦੇਖੋ ਮਿੱਤਰੋ ਹੱਡ ਹੱਡ ਕਿਵੇਂ ਆ, ਮੈਨੂੰ ਤਾਂ ਘੈਂਟ ਲੱਗੀ। ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਜੇ ਕੋਈ, ਬਾਕੀ ਇਹਨੂੰ ਟਰਬੋ ਟਰਬੋ ਦਾ ਜਿਹੜਾ ਮੜੀ ਲੀਕੇਜ ਹੁੰਦੀ ਸੀ ਉਹ ਵੀ ਕਰਤੀ ਸੈੱਟ, ਅਤੇ ਆਹ ਖੜਾਤਾ ਆਪਾਂ ਟਰੈਕਟਰ। ਦੇਖੋ ਕਰੋ ਚੈੱਕ, ਪੂਰਾ ਅੱਗ ਵਰਗਾ ਜਮੀ ਧੋ ਧੂ ਕੇ ਪੂਰਾ ਉਹ ਪਾਲਸ ਪੂਲਸ ਮਾਰਤੀ ਲੈ, ਇਹਨੂੰ ਆਪਾਂ ਹੁਣ ਲੈ ਕੇ ਚੱਲਦੇ ਹਾਂ ਖੇਤ ਨੂੰ। ਹਾਂ ਵੀ ਮੁੰਡੇ ਉਹ ਦੇਖਦੇ ਹਾਂ ਟੂਚਨ ਟੂਚਨ ਪਾ ਕੇ, ਅਤੇ ਡੈੱਕ ਡੁੱਕ ਦੇਖਦੇ ਹਾਂ ਕਿਵੇਂ ਆ। ਹੁੱਡ ਵੀ ਪੂਰੀ ਘੈਂਟ ਆ, ਆਪਾਂ ਹੁੱਡ ਸੈਂਪਲ ਹੀ ਲਵਾਈ ਸੀ ਯਾਰ। ਉਹ ਤੇਰੀ ਮਾਂ ਨੂੰ, ਤੇਰੀ ਤੈਨੂੰ ਦੀਦਾ ਨਹੀਂ, ਭੈਣ ਟਰੈਕਟਰ ਮੋੜ ਰਹੇ ਹਾਂ ਸਾਲਿਆ ਯਾਰ। ਲੋਗੋ ਦੇਖੋ ਬਾਬੇ ਕਿੰਨਾ ਅੱਤ ਲੱਗਦਾ ਆਪਣੇ ਟਰੈਕਟਰ ਦਾ, ਅਤੇ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਹੁਣ ਖੇਤ 'ਚ, ਅਤੇ ਫਿਰ ਦੇਖਦੇ ਹਾਂ ਕੀ ਕਹਿੰਦਾ। ਚੱਲ ਵੀ ਮੁੰਡਿਆ ਪਾਲਾ ਗੇਰ ਲੈ ਵੀ, ਟੂਚਨ ਟਾਚਨ ਪਾ ਕੇ ਦੇਖਦੇ ਹਾਂ ਨਾਲੇ ਤਾਂ ਇਹਨੂੰ। ਨਾਲੇ ਮੁੰਡਿਆਂ ਨੇ ਉੱਥੇ ਟਰਾਲੀ ਵਸਾਈ ਪਈ ਆ ਯਾਰ, ਉਹ ਵੀ ਦੇਖਦੇ ਹਾਂ ਵੀ ਹੁਣ ਇਹਦੇ ਨਾਲ ਕੱਢੀਏ ਕਿ ਨਾ। ਉਹ ਟਰਾਲੀ ਨਾਲ ਪੰਗੇ ਲੈਂਦੇ ਸੀ ਸਾਲਿਆਂ ਨੇ, ਉਹ 'ਚ ਸਿੱਟ ਲਈ ਯਾਰ ਨਹਿਰ ਦੇ ਕਿਨਾਰੇ, ਅਤੇ ਆਹ ਉਹ ਮਸ਼ੀਨ ਵੀ ਆਪਣੀ ਪਈ ਆ ਸਿੱਟੀ, ਇਹ ਵੀ ਆਪਾਂ ਇਹਦੇ ਨਾਲ ਖਿੱਚਦੇ ਹਾਂ ਟੋਜਨ ਪਾ ਪੂ ਕੇ ਦੇਖਦੇ ਹਾਂ, ਅਤੇ ਬਣੇ ਰਹੋ ਵੀਡੀਓ ਦੇ ਵਿੱਚ ਬਾਬੇ। ਉਹ ਖੜੀ ਆ ਟਰਾਲੀ, ਵੀ ਟੋਜਨ ਵੀ ਪਾਵਾਂਗੇ ਆਪਾਂ, 11 ਪਾ ਕੇ ਦੇਖਾਂਗੇ ਇਹਦਾ ਟੋਜਨ, ਅਤੇ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਕੀ ਨਹੀਂ ਉੱਥੇ ਜਾ ਕੇ ਖੇਤ 'ਚ। ਬਾਲਾ ਪਪਰਿਆਇਆ ਨਹੀਂ, ਮੈਂ ਕਿਹਾ ਹਜੇ ਹੁਣ ਨਵਾਂ ਲਿਬੜ ਜੂਗਾ, ਧੋਤਾ ਹੋਇਆ ਪਾਲ ਸਕੂਲ ਸਮਾਰੀ ਹੋਈ, ਐਵੇਂ ਮਿੱਟੀ ਮੁੱਟੀ ਪੈ ਗਈ, ਐਵੇਂ ਲਿਬੜ ਜੂਗਾ। ਤੁਹਾਨੂੰ ਲੈ ਇੱਥੋਂ ਦਾ ਯਾਰ ਆਪਣੇ ਕੀ ਕਹਿੰਦੇ ਹੁੰਦੇ ਘੈਂਟ ਜਿਹਾ ਮੋੜ ਕੇ ਦਿਖਾਈਏ ਤੁਹਾਨੂੰ, ਲਾਈਟਾਂ ਵੀ ਦਿਖਾ ਦਈਏ ਚਲਾ ਕੇ। ਹਾਏ 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 ਹਾਏ, ਇੰਡੀਕੇਟਰ ਵੀ ਲਾ ਦਈਏ, ਲਾ ਤਾ ਉਹ ਵੀ ਲਾਲ ਬੱਤੀ ਵਾਲਾ। ਲੈ ਵੀ ਮੁੰਡੇ ਦੇਖੋ ਫਿਰ ਮੁੜਦਾ ਆਪਣਾ ਟਰੈਕਟਰ ਕਿਵੇਂ ਲੱਗ ਰਿਹਾ। ਜਿਹਨੇ ਜਿਹਨੇ ਸ਼ਾਰਟ ਵੀਡੀਓ ਦੇਖੀ ਹੋਈ ਉਹਨੂੰ ਤਾਂ ਪਤਾ ਹੀ ਆ ਆਪਣੇ ਫੋੜ ਬਾਰੇ। ਓ ਹੋ 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 ਹੋ, ਆਹ ਖੜੇ ਨੇ ਦੇਖ ਲਓ ਬਾਬੇ ਲਬੇੜੇ, ਐਂਡ ਦੇ ਵੀਰੋ ਲਿਬੜੇ ਪਏ ਹੋ ਹੈ। ਉਹ ਖੜਾ 9-11 ਲੈ, ਪਹਿਲਾਂ ਹੀ ਤਿਆਰ ਹੋਇਆ ਖੜਾ 9-11 ਟੋਚਨ ਪਾਉਣ ਵਾਸਤੇ, ਇਹਨੂੰ ਆਪਾਂ 9-11 ਨਾਲ ਟੋਚਨ ਪਾਵਾਂਗੇ ਬਾਬੇ ਫੋੜ ਦਾ ਆਪਣੇ ਦਾ, ਅਤੇ 9-11 ਨੂੰ ਕਰੀਏ ਮਾੜਾ ਜਿਹਾ ਸਾਈਡ 'ਤੇ, 9-11 ਮੂਹਰੇ ਖੜਾ। ਅਤੇ ਆਹ ਡੈਡੀ ਐਵੇਂ ਨਹੀਂ ਕਹਿੰਦੇ ਆਪਾਂ, ਤੁਹਾਨੂੰ ਪਤਾ ਹੀ ਆਪਣਾ ਸਲੈਗ ਆ ਇਹ ਆਪਣੇ ਚੈਨਲ ਦਾ, ਅਤੇ ਆਪਣੇ ਜਿੰਨੇ ਵੀ ਫੋੜ ਹੋਣਗੇ ਸਾਰਿਆਂ ਦੇ ਇਹਨੇ ਸਾਈਡਾਂ 'ਤੇ ਲਿਖਿਆ ਹੀ ਹੋਊਗਾ ਡੈਡੀ ਐਵੇਂ ਨਹੀਂ ਕਹਿੰਦੇ। ਅਤੇ ਇੱਕ ਆਪਾਂ ਬਾਈ ਦੀ ਫੋਟੋ ਲਾਈ ਆ ਯਾਰ ਮੂਸੇ ਵਾਲੇ ਦੀ, ਦੱਸੋ ਕਿਵੇਂ ਲੱਗ ਰਹੀ ਆ ਇੱਕ ਟਰੈਕਟਰ ਦੇ ਪਿੱਛੇ, ਦੱਸੋ ਬਾਬੇ ਕਿਵੇਂ ਲੱਗ ਰਹੀ ਆ ਯਾਰ ਆਪਣਾ ਫੇਵਰੇਟ ਸਿੰਗਰ ਆਪਣਾ ਉਸਤਾਦ ਆ, ਅਤੇ ਦੱਸੋ ਬਾਬੇ ਫੋਟੋ ਕਿਵੇਂ ਲੱਗ ਰਹੀ ਆ ਬਾਈ ਦੀ, ਘੈਂਟ ਲੱਗ ਰਹੀ ਆ। ਅਤੇ ਚਲੋ ਆਪਾਂ 9-11 ਨੂੰ ਕਰੀਏ ਮਾੜਾ ਪਰੇ, 9-11 ਰਾਹ ਰੁਕੀ ਖੜਾ, 9-11 'ਤੇ ਫੋੜ ਦਾ ਟੋਚਨ ਪਾ ਕੇ ਦੇਖਦੇ ਹਾਂ ਬਸ ਬਹੁਤ ਆ।
ਚੱਲ ਵੀ ਇਹਨੂੰ ਇੱਧਰ ਨੂੰ ਕਰ 59 ਨੂੰ ਲੈ ਵੀ ਆਪਣੇ ਫੂਡ 'ਤੇ ਬੈਠਦੇ ਹਾਂ ਆਪਣਾ ਸਾਰਿਆਂ ਤੋਂ ਘੈਂਟ ਟਰੈਕਟਰ ਸਾਰਿਆਂ ਤੋਂ ਪਿਆਰਾ ਟਰੈਕਟਰ ਉਹ ਦੇਖੀ 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 ਮੁੰਡੇ ਉਹ ਪਹਿਲਾਂ ਹੀ ਇੱਕ ਦੂਜੇ ਨਾਲ ਆਕੜਾਂ ਕਰਦੇ ਹੋ ਤੁਸੀਂ ਹਜੇ ਤਾਂ ਪਹਿਲਾਂ ਹੀ ਆਕੜਾਂ ਕਰੀ ਜਾਂਦੇ ਨੇ ਮੁੰਡੇ ਟਕੋਜਨ ਪਾ ਲਓ ਪਹਿਲਾਂ ਫਿਰ ਆਕੜਾਂ ਕਰਕੇ ਦਿਖਾਇਓ ਜਿਹੜੀਆਂ ਕਰਨੀਆਂ ਨੇ ਕਿੱਥੇ ਆ ਸੰਗਲ ਸੰਗਲ ਪਿਆ ਸੀ ਯਾਰ ਇੱਥੇ ਉਹ ਪਿਆ ਥੱਲੇ ਸੰਗਲ ਯਾਰ ਉੱਤੋਂ ਦੀ ਲੰਘੀ ਜਾਂਦਾ ਇਹਦੇ ਯਾਰ ਸੰਗਲ ਟਾਇਰ ਮੂਹਰੇ ਫਸ ਗਿਆ ਯਾਰ ਬਾਬੇ ਯਾਰ ਕੀ ਹੋ ਗਿਆ ਉੱਤਰ ਕੀ ਪਾਉਣਾ ਪੈਣਾ ਆਪਾਂ ਨੂੰ ਸੰਗਲ ਯਾਰ ਟਾਇਰ ਥੱਲੇ ਫਸ ਹੀ ਜਾਂਦਾ ਇਹਦੇ ਉਹ ਯਾਰ ਇੱਕ ਤਾਂ ਨਾ ਭੈਣ ਦਾ ਯਾਰ ਟਰੈਕਟਰ 'ਤੇ ਬਾਹਲਾ ਪੈਂਦਾ ਆਪਣਾ ਬੰਦਾ ਇੰਨਾ ਚਾਹ ਬਣਾ ਨਾ ਟਰੈਕਟਰ ਦਾ ਤਾਂ ਕੀ ਹੋ ਗਿਆ ਕਿੱਥੇ ਗਿਆ ਸੰਗਲ ਆ ਜਾ ਇਹ ਪਿਆ ਆ ਪਿਆ ਸੰਗਲ ਲੈ ਵੀ ਬੈਠ ਮੁੰਡਿਆ ਟਰੈਕਟਰ 'ਤੇ ਅਤੇ ਪਾ ਸੰਗਲ ਨੂੰ ਲੈ ਵੀ ਮੁੰਡੇ ਪੈ ਗਿਆ ਸੰਗਲ ਅਤੇ ਇਹਨੂੰ ਲੈ ਕੇ ਚੱਲੀ ਗਿਆ ਆਪਾਂ ਉੱਥੇ ਨੂੰ ਹੁਣ ਪੁਲ ਦੇ ਉੱਤੇ ਪਾਵਾਂਗੇ ਬਾਬੇ ਟੋਚਨ ਘੈਂਟ ਦੀ ਥਾਂ 'ਤੇ 59 ਬਰਸੀ ਫੋੜ ਦੇਖਦੇ ਹਾਂ ਫਿਰ ਕੀ ਬਣਦਾ ਕੀ ਨਹੀਂ ਇਹ ਆਪਾਂ ਟਰਪੋ ਟੁਰਪੋ ਲੱਗੀ ਹੋਈ ਸੀ ਪਹਿਲਾਂ ਹੀ ਉਹ ਛੋਟੀ ਸੀ ਆਪਾਂ ਟਰਪੋ ਵੱਡੀ ਲਵਾਈ ਆ ਯਾਰ ਥੋੜ੍ਹੇ ਚੱਕਰ ਜਿਹੇ ਤੋੜਦਾ ਜੀ ਟਰੈਕਟਰ ਆਪਣਾ ਤਾਂ ਕਰਕੇ ਫਿਰ ਟਰਪੋ ਵੱਡੀ ਲਵਾ ਤੀ ਅਤੇ ਹੁਣ 59 ਆਪਾਂ ਇਹਨੂੰ ਚੈੱਕ ਕਰਦੇ ਹਾਂ ਟੋਚਨ ਪਾ ਕੇ ਦੇਖਦੇ ਹਾਂ ਟਰਾਲੀ ਵੀ ਕੱਢਣੀ ਹੈ ਦੇਖ ਲਓ ਕੀ ਕੁਛ ਕਰਿਆ ਪਿਆ ਭੈਣ ਦੀ ਇਹ ਪਿੱਛੇ ਨੂੰ ਖਿੱਚਣੀ ਪਊ ਮੈਨੂੰ ਲੱਗਦਾ ਪਿੱਛੇ ਨੂੰ ਖਿੱਚਣੀ ਪੈਣੀ ਆ ਟਰਾਲੀ ਓ ਹੋ ਯਾਰ ਟਰੈਕਟਰ 'ਤੇ ਕਿਉਂ ਬਹਿਣਾ ਹੁੰਦਾ ਯਾਰ ਕੀ ਹੋਇਆ ਤੈਨੂੰ ਮੁੰਡਿਆ ਟਰੈਕਟਰ 'ਤੇ ਹੀ ਕਿਉਂ ਬੈਠੀ ਜਾਂਦਾ ਵਾਰ ਵਾਰ ਆ ਜਾ ਸੰਗਲ ਨੂੰ ਖਿੱਚ ਲਈਏ ਸੰਗਲ ਨੂੰ 59 ਨਾਲ ਲੈ ਵੀ 59 ਦੀ ਮਾਰ ਸੈਲਫ ਹੁਣ ਬੈਠ 59 'ਤੇ ਤੋਰ ਮੜਾ ਗਾਹਾਂ ਨੂੰ ਚੱਲ ਇਹ ਵੀ ਯਾਰ ਸਿਰਾ ਟਰੈਕਟਰ 59 ਵੀ ਆਪਣਾ ਪੂਰਾ ਜ਼ੋਰ ਮਾਰਦਾ ਅਤੇ ਕਿਉਂਕਿ ਆਪਾਂ ਜਿਹੜਾ ਟਰੈਕਟਰ ਤਕੜਾ ਉਹਦੇ ਨਾਲ ਹੀ ਚੈੱਕ ਕਰਨਾ 59 ਨਾਲ ਹੀ ਚੈੱਕ ਹੋਊਗਾ ਫਿਰ 59 ਆਪਣਾ ਵਧੀਆ ਟਰੈਕਟਰ ਆ ਬਾਕੀ ਫੋਰਡ ਵੀ ਆ ਵੀ ਵਧੀਆ ਜਿਹੜਾ ਇਹਦਾ ਥੋੜ੍ਹਾ ਜਿਹਾ ਯਾਰ ਕੰਮ ਜਿਹਾ ਹੋਣ ਵਾਲਾ ਤੁਹਾਨੂੰ ਤਾਂ ਨਹੀਂ ਬਾਹਲਾ ਦਿਖਾਉਂਦੇ ਇਹਦੇ ਕੁਛ ਹੋ ਗਿਆ ਟਰੈਕਟਰ ਦੇ ਸਾਈਡ 'ਤੇ ਕੰਮ ਜਿਹਾ ਕਰਾਉਣ ਵਾਲਾ ਇਹਦਾ ਇਹਨੂੰ ਬਾਅਦ 'ਚੋਂ ਹੀ ਦਿਖਾਵਾਂਗੇ ਤੁਹਾਨੂੰ ਇਹ ਠੀਕ ਨਹੀਂ ਹੈਗਾ ਇਹ ਵੀ ਉੱਥੇ ਖੜਾ ਕੇ ਆਉਣਾ ਪੈਣਾ ਵਰਕ ਸ਼ਾਪ 'ਚ ਯਾਰ ਲੈ ਵੀ ਪੈ ਗਿਆ ਟੋਚਨ 59 ਦਾ ਗੇਅਰ ਮੂਹਰਲਾ ਕਰ ਦਈਏ ਨਾ ਆਪਾਂ ਕਰਤਾ ਗੇਅਰ ਮੂਹਰਲਾ ਲੈ ਵੀ ਮਿੱਤਰਾ ਇਹ 'ਤੇ ਬੈਠ ਕਿੱਧਰਲੇ ਪਾਸੇ ਨੂੰ ਇੱਥੋਂ ਰੱਖੀਏ ਬਸ ਇੱਥੇ ਹੀ ਠੀਕ ਆ ਨਾ ਇੱਥੇ ਕਿ ਠੀਕ ਆ ਕੈਮਰਾ ਬਸ ਠੀਕ ਆ ਲੈ ਵੀ ਮਿੱਤਰੋ ਪੈ ਗਿਆ ਉਹ ਥੋਡੀ ਭੈਣ ਦੀ ਆਹ ਤਾਂ ਧੱਕਾ ਹੀ ਹੋ ਗਿਆ 59 ਨਾਲ ਯਾਰ ਖੜ ਦਿਓ ਗੇਅਰ ਛੋਟਾ ਕਰਨ ਦਿਓ ਯਾਰ ਇਹ ਤਾਂ 59 ਨਾਲ ਧੱਕਾ ਹੀ ਹੋ ਗਿਆ ਤਾਂ ਧੱਕਾ ਹੀ ਹੋ ਗਈ 59 ਨਾਲ ਤਾਂ 59 ਨਾਲ ਯਾਰ ਧੱਕਾ ਹੋ ਗਿਆ ਯਾਰ ਬਾਬੇ 59 ਨਾਲ ਧੱਕਾ ਹੋ ਗਿਆ ਯਾਰ ਇਹ ਤਾਂ ਆਰਾਮ ਨਾਲ ਖਿੱਚੀ ਜਾਂਦਾ 59 ਨੂੰ 59 ਦਾ ਆਪਾਂ ਨੂੰ ਗੇਅਰ ਲੋ ਕਰਨਾ ਪੈਣਾ ਯਾਰ ਇਹ ਤਾਂ ਯਾਰ 59 ਨੂੰ ਤਾਂ ਆਰਾਮ ਨਾਲ ਖਿੱਚੀ ਫਿਰਦਾ ਯਾਰ ਚੱਲ ਵੀ 59 ਤਾਂ ਖੜੇ ਨੂੰ ਵੀ ਨਹੀਂ ਖਿੱਚਦਾ 59 ਦਾ ਆਪਾਂ ਇਹ ਕਰਦੇ ਇਹਦੇ ਮੂਹਰੇ ਇੱਕ ਟਰੈਕਟਰ ਹੋਰ ਪਾਉਂਦੇ ਹਾਂ ਦੋ ਪਾਉਂਦੇ ਹਾਂ ਇਹਦੇ ਨਾਲ ਹੈ ਨਾ ਇੱਕ ਕਿਹੜਾ ਪਈਆ ਰਿਹਾ ਵਾਲਾ ਪਾਉਂਦੇ ਹਾਂ ਇਹਦੇ ਪਿੱਛੇ ਹੈਗਾ ਟੋਚਨ ਦੇਖ ਨਹੀਂ ਹੋਲੈਂਡ ਪਾ ਲਈ ਹੋਲੈਂਡ ਪਾਈ ਦੋ ਪਾਉਂਦੇ ਹਾਂ ਨਾ ਇੱਧਰ ਦੋ ਪਾਉਂਦੇ ਹਾਂ ਹੋਲੈਂਡ ਪਾਉਂਦੇ ਇੱਧਰਲੇ ਪਾਸੇ ਇੱਕ
ਹਾਲੈਂਡ ਨਾਲ, ਇੱਕ ਪਾਸੇ ਹਾਲੈਂਡ ਅਤੇ 61-11-2, ਇੱਕ ਪਾਸੇ ਆਪਣਾ ਇਕੱਲਾ ਝੂਟਾ ਬੋਰਡ। ਠੀਕ ਹੈ ਬਾਬੇ, ਦੇਖਦੇ ਹਾਂ ਕੀ ਬਣਦਾ। ਚੈੱਕ ਆਪਾਂ ਪੂਰਾ ਚੰਗੀ ਤਰ੍ਹਾਂ ਹੀ ਕਰਨਾ। ਟਰੈਕਟਰ ਪੈਸੇ ਬੜੇ ਲੱਗ ਗਏ ਉਹ ਟਰੈਕਟਰ 'ਤੇ ਆਪਣੇ ਯਾਰ, ਖਰਚਾ ਬਾ ਮੋਟਾ ਖਰਚਾ ਹੋ ਗਿਆ ਉਹ 'ਤੇ। ਟਰਬੋ ਟੁਰਬੋ ਮਹਿੰਗੀ ਲੱਗੀ ਆ, ਮਨਜੋਤ ਨੇ ਟਰਬੋ ਦੇ ਫੋਕ ਮਾ ਹੀ ਲਿਆ ਖਰਚਾ ਪਾਣੀ। ਲੈ ਵੀ ਮਿੱਤਰਾ ਬਹਿ ਉੱਤਰ ਇਹ ਤੋਂ ਮਾਰੇ ਅਸੀਂ ਕਹਿੰਦਾ। ਲੈ ਵੀ ਮੁੰਡੇ ਉਹ 61-11 ਦਾ ਕੀ ਹੋ ਗਿਆ, ਇਹ ਕੀ ਚੱਕਰ ਪੈ ਗਿਆ? ਦੋ ਪੈਣੇ ਨਹੀਂ ਯਾਰ, ਪੈਣੇ ਚਾਹੀਦੇ ਆ ਯਾਰ, ਕਹਿਣ ਇਹ ਕੀ ਚੱਕਰ ਆ ਯਾਰ? ਇਹ ਤਾਂ ਯਾਰ ਧੱਕਾ ਯਾਰ, ਯਾਰ ਦੋ ਟਰੈਕਟਰ ਕਿਉਂ ਨਹੀਂ ਪੈ ਰਹੇ? ਅੱਗੇ ਤਾਂ ਪੈਂਦੇ ਨੇ ਯਾਰ, ਇਹ ਕੀ ਚੱਕਰ? ਇਹ ਪੈ ਗਿਆ ਇੱਧਰੋਂ, ਇਹ ਵੀ ਪੈਣਾ ਚਾਹੀਦਾ ਯਾਰ ਇਹਦੇ ਨਾਲ ਟੋਚਨ ਮੇਰੇ ਹਿਸਾਬ ਨਾਲ ਯਾਰ, ਸ਼ਾਇਦ ਹੀ ਪਵੇ ਯਾਰ। ਨਾ ਯਾਰ ਹੁਣ ਫਿਰ ਕੀ ਕਰੀਏ? ਹਾਲੈਂਡ ਦਾ ਦੇਖੀਏ, ਹਾਲੈਂਡ ਦਾ, ਹਾਲੈਂਡ ਨਾਲ ਦੇਖੀਏ ਫਿਰ ਇਹਦਾ, ਹਾਲੈਂਡ ਨੂੰ ਦੇਖ ਲੈਂਦੇ ਫਿਰ। ਹੁਣ ਕੀ ਕਰੀਏ ਯਾਰ, 61-11 ਤੋਂ ਮਿੰਟ ਮੜੇ ਨਾਲ ਹੀ ਖਿੱਚ ਕੇ ਲੈ ਗਿਆ ਯਾਰ ਉਹ। ਹਾਲੈਂਡ ਦਾ ਦੇਖੀਏ ਹੁਣ, ਹਾਲੈਂਡ ਨਾਲ ਚੈੱਕ, ਹਾਲੈਂਡ ਨਾਲ ਚੈੱਕ ਕਰ ਲੈਂਦੇ ਫਿਰ। ਹੋਰ ਕੀ ਆ ਮਿੱਤਰੋ, ਚੱਲ ਹਾਲੈਂਡ ਨਾਲ ਚੈੱਕ ਕਰਦੇ ਹਾਂ ਮਿੱਤਰੋ। ਹਾਲੈਂਡ ਨੂੰ ਚੈੱਕ ਕਰਦੇ ਹੁਣ, ਹਾਲੈਂਡ 'ਤੇ ਫੋਰਡ ਦਾ, ਕਿਉਂਕਿ ਫੋਰਡ ਨੇ ਉਹਨੂੰ ਤਾਂ ਸਮਝ ਹੀ ਨਹੀਂ ਕੁਛ ਕੀ ਕਹਿੰਦੇ ਹੁੰਦੇ 61-11 ਨੂੰ, ਤਾਂ ਮਿੰਟ ਉਹਦੀ ਪੱਟ ਪਰਾਂ ਮਾਰਿਆ ਚੱਕ ਕੇ, ਅਤੇ ਇਸ ਕਰਕੇ ਹੁਣ ਇਹਨੂੰ ਦੇਖਦੇ ਹਾਂ ਪਾ ਕੇ ਹਾਲੈਂਡ ਨੂੰ। ਯਾਰ ਇਹਦਾ ਗੇਅਰ ਭੈਣ ਦੀ, ਇੱਕ ਤਾਂ ਯਾਰ ਗੇਅਰ ਬੈਗ ਪਾ ਲੈਂਦੇ ਆ ਹਾਲੈਂਡ ਵਾਲੇ। ਹੁਣ ਠੀਕ ਆ, ਬੈਗ ਗੇਅਰ ਪਾਈ ਖੜਾ ਸੀਗਾ। ਲੈ ਜੀ ਮੁੰਡੇ ਹਾਲੈਂਡ 'ਤੇ ਫੋਰ ਦਾ ਪੈ ਗਿਆ ਯਾਰ, ਹਾਲੈਂਡ ਨੂੰ ਵੀ ਮਿੰਟ ਜੀ ਨੂੰ ਵੀ ਖਿੱਚੀ ਫਿਰਦਾ ਯਾਰ ਇਹਦਾ, ਯਾਰ ਬਾਹਲਾ ਹੀ ਜ਼ੋਰ ਮਾਰਦਾ ਬਾਬੇ ਯਾਰ, ਹਾਲੈਂਡ ਨੂੰ ਵੀ ਖਿੱਚੀ ਫਿਰਦਾ ਯਾਰ ਇਹਦਾ। ਨਾ ਯਾਰ ਬਾਬੇ, ਹਾਲੈਂਡ ਨੂੰ ਵੀ ਖਿੱਚੀ ਫਿਰਦਾ ਯਾਰ ਇਹਦਾ। ਯਾਰ ਦੇਖੀਏ ਮੂਹਰੇ ਪਾ ਕੇ ਇਹਦੇ, ਜੇ ਹੁਣ ਪੈਂਦਾ ਉਹ ਕੀ ਕਹਿੰਦੇ ਹੁੰਦੇ ਆ 61-11 ਨਾ, ਹਾਲੈਂਡ ਦਾ ਯਾਰ ਕੁਛ ਵੀ ਨਹੀਂ ਕਰਦਾ 61-11 ਹਜੇ, ਮਾੜਾ ਜਿਹਾ ਰੋਕਦਾ ਵੀ ਸੀ ਹਾਲੈਂਡ ਤਾਂ ਮੂੰਹ ਘੁੰਮੀ ਜਾਂਦਾ ਯਾਰ। ਦੇਖੀਏ ਪਾ ਕੇ, ਦੇਖ ਲੈਂਦੇ ਹਾਂ ਯਾਰ ਪਾ ਕੇ ਕੀ ਕਹਿੰਦਾ ਕਿ ਨਹੀਂ, ਜੇ ਤਾਂ ਪੈ ਜਾਵੇ ਨਿਆਰੀ ਆ ਗਈ ਯਾਰ। ਵੀ ਦੋ ਟਰੈਕਟਰਾਂ ਨਾਲ ਪਤਾ ਲੱਗ ਜੂ ਨਾ, ਦੋ ਟਰੈਕਟਰਾਂ ਨਾਲ ਕੀ ਕਹਿੰਦਾ, ਮੈਂ ਤਾਂ ਕਹਿੰਦਾ ਸੀਗਾ ਯਾਰ ਵੀ ਦੋ ਟਰੈਕਟਰ ਪਾ ਕੇ ਦੇਖ ਲੈਂਦੇ ਹਾਂ ਟਰੈਕਟਰ ਨਾਲ ਹੋਰ ਨਾਲ, ਪਰ 35 ਨਹੀਂ ਹੈਗੇ ਹੁਣ ਕੀ ਕਰੀਏ ਯਾਰ। ਨਿਆਰਾ ਹੀ ਆ ਜਾਂਦਾ ਯਾਰ ਜੇ ਦੋ ਪੈ ਜਾਣ, 35 ਨਹੀਂ ਯਾਰ, ਪਤਾ ਨਹੀਂ ਕੀ ਚੱਕਰ ਆ ਇਹਦੇ ਨਾਲ, ਦੇਖ ਲੈਂਦੇ ਪਾ ਕੇ ਜੇ ਪੈ ਗਿਆ, ਨਹੀਂ ਤਾਂ ਫਿਰ। ਨਾ ਯਾਰ ਆਲਰੇਡੀ 37 ਸੀ ਉਹ, ਚਲੋ ਛੱਡੋ ਯਾਰ ਪੈ ਆ, ਟਰਾਲੀ ਕੱਢਦੇ ਹਾਂ ਆਪਾਂ, ਟਰੈਕਟਰ ਤਾਂ ਹੈ ਨਹੀਂ ਲੋਟ ਕਾਮਯਾਬ, ਇਹ ਟਰੈਕਟਰ ਆਪਣਾ ਪਾਸ ਆ ਫੋੜ ਇਹਦੇ ਵਿੱਚੋਂ। ਓਹੋ ਫਿਰ ਉਹਦੇ ਨਾਲ ਹੀ ਪੈ ਗਿਆ ਜੀ ਹਾਲੈਂਡ ਨਾਲ, ਹਾਲੈਂਡ ਨਾਲ ਫਿਰ ਪੈ ਗਿਆ ਜੀ ਟੋਚਣ। ਫੋੜ 'ਤੇ ਫੋੜ ਤਾਂ ਕਰਾ ਕੇ ਦੇਖਦੇ ਹਾਂ, ਦੇਖਦੇ ਕੀ ਬਣਦਾ, ਪਹਿਲਾਂ ਹੀ ਬਹਿ ਜਾ ਕਰ, ਇਹਦੇ ਤਾਂ ਗੇਅਰ ਗੂਰ ਲਾਇਆ ਵਾ, ਦੋਨਾਂ ਦੇ ਸੇਮ ਗੇਅਰ ਲਾਵਾਂਗੇ ਯਾਰ ਆਪਾਂ ਫੋੜ 'ਤੇ ਫੋੜ 'ਤੇ। ਇਹਦਾ ਕੀ, ਇਹਦਾ ਕਿਹੜਾ ਲਾਇਆ ਪਹਿਲਾਂ,
ਇਹਦਾ ਨਹੀਂ, ਇਹਦਾ ਵੀ ਆਪਾਂ ਪਹਿਲਾਂ ਦੂਜਾ ਲੋ ਲਾਇਆ ਅਤੇ ਦੂਜੇ ਫੋੜ ਦਾ ਵੀ ਦੂਜਾ ਲੋ ਲਾਵਾਂਗੇ, ਦੋਨੇ ਫੋੜਾਂ ਦੇ ਦੋਨੇ ਲੋ ਲਾ ਤੇ, ਇਹਦਾ ਵੀ ਆਪਾਂ ਦੂਜਾ ਲੋ ਲਾਵਾਂਗੇ। ਤੇ ਵੀ ਰੈਡੀ ਆ ਘਰ, ਇਹਨੂੰ ਸਟਾਰਟ ਆ। ਇਹ ਕੀ ਹੋ ਗਿਆ ਯਾਰ, ਉਹ ਤਾਂ ਯਾਰ ਪਿੱਛੇ ਨੂੰ ਭੱਜਦਾ ਯਾਰ, ਆ ਪਿੱਛੇ ਨੂੰ ਭੱਜਣ ਵਾਲੀ ਪ੍ਰੋਬਲਮ ਪਤਾ ਨਹੀਂ ਕਿਉਂ ਆ ਮੁੰਡਿਆਂ ਨੂੰ। ਚੱਲ ਹੁਣ 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 ਪਤਾ ਲੱਗਣਾ ਕੁੰਡੀਆਂ ਦੇ ਸਿੰਘ ਫਸਣੇ ਯਾਰ, ਕਿਹੜੀ ਨਿਕਲੂ ਗਰੀਵੇਂ ਖਾਣੀ ਕੁੰਡੀਆਂ ਦੇ ਸਿੰਘ ਫਸਣੇ। ਪੈ ਗਿਆ ਦੋਨਾਂ ਟਰੈਕਟਰਾਂ ਦਾ ਜੋ ਭੁੱਲਦਾ, ਇਹ ਕੀ ਯਾਰ, ਉਹ ਤਾਂ ਯਾਰ ਜ਼ੋਰ ਹੀ ਨਹੀਂ ਮਾਰਦਾ। ਨਹੀਂ ਬਾਬੇ ਨਹੀਂ ਨਹੀਂ ਮਿੱਤਰੋ ਨਹੀਂ, ਹਾਈ ਕਰਨਾ ਪੈਣਾ ਕੇਅਰ ਇਹਦਾ, ਮੀਡੀਅਮ ਦੂਜਾ ਇਹਦਾ ਦੇਖੀਏ ਕਿਹੜਾ। ਮਿੱਤਰੋ ਪੈ ਗਿਆ ਜ਼ੋਰ ਟਰੈਕਟਰਾਂ ਦੇ ਵਿੱਚ, ਆਪਣੇ ਵਾਲਾ ਕਹਿੰਦੇ ਸਮਝਦੇ ਨਹੀਂ ਕੁਛ, ਸਮਝਦੇ ਨਹੀਂ ਕੁਛ। ਧੱਕਾ ਹੋ ਗਿਆ, ਧੱਕਾ ਹੋ ਗਿਆ, ਕਹਿੰਦੇ ਧੱਕਾ ਹੋ ਗਿਆ ਟਰੈਕਟਰ ਨਾਲ, ਧੱਕਾ ਹੋ ਗਿਆ ਤਾਂ ਯਾਰ, ਧੱਕਾ ਹੋ ਗਿਆ ਮੁੰਡੇ, ਧੱਕਾ ਧੱਕਾ ਹੋ ਗਿਆ, ਧੱਕਾ ਧੱਕਾ ਹੋ ਗਿਆ, ਕਹਿੰਦੇ ਧੱਕਾ ਧੱਕਾ ਹੋ ਗਿਆ। ਡੈਡੀ ਐਵੇਂ ਨਹੀਂ ਕਹਿੰਦੇ, ਕਹਿੰਦੇ ਡੈਡੀ ਐਵੇਂ ਨਹੀਂ ਕਹਿੰਦੇ, ਕਹਿੰਦੇ ਉਹ ਲੈ ਗਿਆ ਖਿੱਚ ਕੇ, ਉਹ ਲੈ ਗਿਆ ਤੋੜਦਾ, ਕਹਿੰਦੇ ਉਹ ਵੀ ਛੋਟਾ ਕਰ ਦੋ ਗੇਰ ਯਾਰ। ਮੈਂ ਵੀ ਮਿੱਤਰੋ ਫੇਰ ਫਸ ਗਿਆ ਟੂਸ਼ਨ ਝੋਟੇ ਨਾਲ। ਨਹੀਂ ਬਾਬੇ ਨਹੀਂ ਯਾਰ, ਬੜਾ ਤਾਕੜੀ ਆ ਯਾਰ ਟਰੈਕਟਰ। ਲੈ ਵੀ ਆਪਾਂ ਹੁਣ ਮਸ਼ੀਨ ਕੱਢ ਲਈਏ, ਉੱਥੇ ਮਸ਼ੀਨ ਵੀ ਆਪਣੀ ਤੁਸੀਂ ਖੜੀ ਆ, ਕਾਮਯਾਬ ਆਪਾਂ ਟਰੈਕਟਰ ਪੂਰਾ ਫਿੱਟ ਆ ਆਪਣਾ, ਲੈ ਮਸ਼ੀਨ ਕੱਢ ਲਈਏ ਹੁਣ ਆਪਾਂ। ਮੈਨੂੰ ਪਤਾ ਨਹੀਂ ਵੀ ਪੈਂਦਾ ਕਿ ਨਹੀਂ, ਵੀ ਮਸ਼ੀਨ ਪਿੱਛੇ ਟੋਚਣ ਪਊਗਾ ਕਿ ਨਹੀਂ, ਆਪਾਂ ਨੂੰ ਇਹਦੇ ਬਾਰੇ ਨੌਲੇਜ ਤਾਂ ਹੈ ਨਹੀਂ, ਪਰ ਆਪਾਂ ਪੰਗੇ ਚੰਗੇ ਲੈ ਕੇ ਦੇਖ ਰਹੇ ਹਾਂ। ਜਾਂਦਾ ਫੂੜ ਆਪਣਾ ਭੱਜਿਆ, ਜਾਂਦਾ ਕਿ ਨਹੀਂ ਮਿੱਤਰੋ ਭੱਜਿਆ, ਉਹ ਖੜੀ ਆ ਮਸ਼ੀਨ ਆਪਣੀ, ਜਾਂਦਾ ਮਿੱਟੀ ਵੱਟ ਤੋਂ ਦੇਖੋ ਕਿੱਥੇ ਸਿੱਟੀ ਆ ਬਾਬੇ ਮਸ਼ੀਨ ਮੁੰਡਿਆਂ ਨੇ, ਸਾਰਾ ਕੁਛ ਇਹਨਾਂ ਦੇ ਕਸਮਾਣ ਪਾਇਆ ਪਿਆ ਯਾਰ ਸਾਰਾ ਹੀ। ਮੁੰਡੇ ਠੋੜ ਆਪਣਾ ਕਿਵੇਂ ਲੱਗਿਆ ਦੱਸੋ, ਸਤਰੀ ਲਾ ਕੇ ਲੋਗੋ ਆਪਣਾ, ਹੈ ਨਾ, ਸਾਰਾ ਕੁਝ ਦੱਸੋ, ਤੁਹਾਨੂੰ ਲੋਗੋ ਕਿਵੇਂ ਲੱਗਿਆ, ਡੈੱਕ ਕਿਵੇਂ ਲੱਗਿਆ, ਸਾਰਾ ਕੁਝ ਦੱਸਣਾ ਤੁਸੀਂ ਯਾਰ, ਵੀ ਕਮੈਂਟਾਂ 'ਚ ਵੀ ਕਿਵੇਂ ਲੱਗਿਆ, ਅਤੇ ਟਰੈਕਟਰ ਦੀ ਪਾਵਰ ਕਿਵੇਂ ਲੱਗੀ, ਟਰਬੋ ਦਾ ਆਪਾਂ ਜਿਹੜੀ ਵੱਡੀ ਲਵਾਈ ਆ ਘੈਂਟ ਆ ਕਿ ਨਹੀਂ, ਸਭ ਕੁਝ ਦੱਸਣਾ, ਲਾਈਟਾਂ ਲੂਟਾਂ ਐਂਟੀ ਇੰਡੀਕੇਟਰ ਸਾਰਾ ਕੁਝ ਦੱਸਣਾ ਵੀ ਕਿਵੇਂ ਲੱਗ ਰਿਹਾ। ਚੱਲ 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 ਚੱਲ, ਬਸ ਉੱਤਰ ਮੁੱਤਰ ਦੇਖੀਏ, ਇੱਕ ਮਸ਼ੀਨ ਪਿੱਛੇ ਟੋਜਨ ਪੈਂਦਾ ਜਾਂ ਨਹੀਂ ਪੈਂਦਾ, ਅਤੇ ਜੇ ਪੈਂਦਾ ਤਾਂ ਵੀ ਠੀਕ ਆ, ਨਹੀਂ ਪੈਂਦਾ ਤਾਂ ਵੀ ਠੀਕ ਆ, ਹੈ ਨਾ, ਨਹੀਂ ਫਿਰ ਦੇਖਦੇ ਹਾਂ ਇਕੱਲੀ ਜੇ ਨਿਕਲੇ ਆਊਗੀ, ਦੇਖਦੇ ਹਾਂ ਟੋਜਨ ਪਾ ਕੇ ਇਹਨਾਂ ਨੇ ਸਿੱਟੀ ਕਸੂਤੇ ਥਾਵੇਂ ਆ ਵੀ, ਪੈਣਾ ਤਾਂ ਚਾਹੀਦਾ ਵੈਸੇ ਯਾਰ ਟੋਜਨ। ਪੈ ਗਿਆ ਪੈ ਗਿਆ ਪੈ ਗਿਆ ਮੁੰਡੇ, ਉਹ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਟੋਜਨ,
ਪੈ ਗਿਆ ਮੀਡੀਅਮ ਮੀਡੀਅਮ 'ਚ ਕੱਢਦੇ ਹਾਂ ਨਾ ਕਿਹੜੇ 'ਚ ਦੂਏ 'ਚ ਲੈ ਮਿੱਤਰੋ ਮਸ਼ੀਨ ਕੱਢ ਲਿਆ ਕੱਢ ਲਿਆ ਕੱਢ ਲਿਆ ਯਾਰ ਮਿੰਟ ਜੀ ਦੀ ਕੱਢ ਲਿਆ ਯਾਰ ਮਸ਼ੀਨ ਨੂੰ ਉਹ ਮਸ਼ੀਨ ਦਾ ਟੋਜਨ ਪਾ ਕੇ ਦੇਖੀਏ ਇਹਦੇ ਨਾਲ ਯਾਰ ਟਰੈਕਟਰ ਨਾਲ ਪਰ ਸੰਗਲ ਸੂਟ ਆ ਯਾਰ ਖੜ ਜੋ ਖੜ ਜੋ ਖੜ ਜੋ ਖੜ ਜੋ ਖੜ ਜੇ ਮਸ਼ੀਨ ਦਾ ਟੋਜਨ ਪਾ ਕੇ ਦੇਖੀਏ ਕੀ ਕਹਿੰਦੀ ਹੈ ਇਹ ਤਾਂ ਮਸ਼ੀਨ 'ਤੇ ਚੜ੍ਹ ਯਾਰ ਨਹੀਂ ਸੰਗਲ ਦੂਜਾ ਪਾ ਕੇ ਦੇਖੀਏ ਪਹਿਲਾਂ ਇਹਨੂੰ ਆਪਾਂ ਦੇਖਦੇ ਹਾਂ ਮਸ਼ੀਨ ਦਾ ਨੌਕਰੀ ਖੜ੍ਹੇ ਆ ਯਾਰ ਸੰਗਲ ਨਹੀਂ ਨਾ ਠੀਕ ਹੈਗਾ ਮਸ਼ੀਨ ਤੇ ਟਰੈਕਟਰ ਦਾ ਪੈ ਗਿਆ ਬਾਬੇ ਟੋਚਨ ਮਸ਼ੀਨ ਨੂੰ ਵੀ ਖਿੱਚੀ ਫਿਰਦਾ ਯਾਰ ਇਹਦਾ ਮਸ਼ੀਨ ਨੂੰ ਵੀ ਮਸ਼ੀਨ ਦਾ ਪੈ ਗਿਆ ਬਾਬੇ ਟਰੈਕਟਰ ਨਾਲ ਦਾ ਟਰੈਕਟਰ ਨਾਲ ਟੋਚਣ ਪੈ ਗਿਆ ਦੇਖੋ ਮਿੱਤਰੋ ਮਸ਼ੀਨ ਨਾਲ ਵੀ ਫੋੜਦਾ ਟੋਚਣ ਮਸ਼ੀਨ ਨੂੰ ਖਿੱਚੀ ਫਿਰਦਾ ਬਾਬੇ ਯਾਰ ਮਸ਼ੀਨ ਤੁਰਦੀ ਨਹੀਂ ਹੈਗੀ ਯਾਰ ਕੈਂ ਮੜੇ ਨਾਲ ਤੁਰਦੀ ਹੈ ਮਸ਼ੀਨ ਖਿੱਚੀ ਫਿਰਦਾ ਬਾਬੇ ਹੋਰ ਆਪਣਾ ਮਸ਼ੀਨ ਨੂੰ ਵੀ ਖਿੱਚੀ ਫਿਰਦਾ ਬਾਬੇ ਮਸ਼ੀਨ ਨੂੰ ਟੂਟੀ ਬੈ ਹੁਣ ਪੈਣਗੇ ਟੋਜਰ ਮਸ਼ੀਨ 'ਤੇ ਮਸ਼ੀਨ 'ਤੇ ਟੂਟੀ ਬੈ ਮਸ਼ੀਨ ਖਿੱਚਦੀ ਆ ਬਾਬੇ ਫੋੜ ਦੋ ਮਸ਼ੀਨ ਨਾਲੇ ਮਸ਼ੀਨ ਪਾਣੀ 'ਚ ਜਾਂਦੀ ਆ ਬਾਬੇ ਮਸ਼ੀਨ ਵੀ ਖਿੱਚ ਟੁੱਟੀ ਭੈਣ ਨੂੰ ਮਿੱਤਰੋ ਘੈਂਟ ਕੰਮ ਕਰ ਆ ਘੈਂਟ ਕੰਮ ਕਰ ਯਾਰ ਯਾਰ ਮਿੱਤਰੋ ਘੈਂਟ ਹੋਇਆ ਪਿਆ ਕੰਮ ਘੈਂਟ ਮਸ਼ੀਨ ਖਿੱਚੀ ਜਾਂਦੀ ਆ ਫੋੜ ਨੂੰ ਮਸ਼ੀਨ ਸੁੱਟ ਕੇ ਲੈ ਗਈ ਉਹਦੇ ਵਿੱਚ ਬਾਬੇ ਯਾਰ ਕੀ ਹੋ ਜਾਂਦਾ ਇਹ ਆਪਾਂ ਵੀਡੀਓ ਬਣਾਉਣੀ ਇਹਦੀ ਖਿੱਚ ਲਾ ਯਾਰ ਬਾਬੇ ਮਾੜਾ ਮੋਟਾ ਤਾਂ ਖਿੱਚ ਮਸ਼ੀਨ ਨੂੰ ਖਿੱਚ ਮੰਡਰਾ ਮਾੜਾ ਮੋਟਾ ਤਾਂ ਖਿੱਚ ਤੁਹਾਡੀ ਭੈਣ ਨੂੰ ਮਿੱਤਰੋ ਮਸ਼ੀਨ ਨੂੰ ਕਿਵੇਂ ਖਿੱਚੀ ਫਿਰਦਾ ਮਸ਼ੀਨ ਯਾਰ ਬਿਓਰ ਨਹੀਂ ਮਾਰਦੀ ਬੂਰ ਨੂੰ ਵਧੀਆ ਲੈ ਮਿੱਤਰੋ ਮਸ਼ੀਨ ਵੀ ਆਪਾਂ ਕੱਢ ਲਿਆਂਦੀ ਟਰੈਕਟਰ ਨਾਲ ਅਤੇ ਦੱਸੋ ਫਿਰ ਕਿਵੇਂ ਲੱਗਿਆ ਆਪਣਾ ਫੋੜ ਯਾਰ ਹੁਣ ਸਟੰਟ ਵੀ ਇੱਕ ਅੱਧਾ ਕਰਕੇ ਦਿਖਾ ਦਈਏ ਇਹਦੇ ਨਾਲ ਫਿਰ ਇਹਨੂੰ ਲੈ ਕੇ ਚੱਲੀਏ ਟਰਾਲੀ ਟਰੂਲੀ ਨਾਲ ਅਤੇ ਬਾਕੀ ਫਿਰ ਦੂਜੀਆਂ ਵੀਡੀਓ 'ਚ ਦੇਖਣ ਨੂੰ ਮਿਲੂਗਾ ਅੱਜ ਲਈ ਆਪਾਂ ਇੰਨਾ ਹੀ ਬਹੁਤ ਆ ਤੁਹਾਡੇ ਲਈ ਅਤੇ ਫਿਰ ਕਿਸੇ ਹੋਰ ਹੋਰ ਨਵੀਂ ਵੀਡੀਓ ਵਿੱਚ ਫਿਰ ਤੁਹਾਨੂੰ ਕੋਈ ਹੋਰ ਚੀਜ਼ ਕਰਕੇ ਦਿਖਾਵਾਂਗੇ ਅਤੇ ਹੁਣ ਆਪਾਂ ਸਟੰਟ ਕਰ ਲਈਏ ਯਾਰ ਮਾੜਾ ਮੋਟਾ ਇੱਕ ਅੱਧਾ ਹੈ ਨਾ ਸਟੰਟ ਵੀ ਕਰਦੀ ਹਾਂ ਮੈਂ ਕਿਹਾ ਇੱਕ ਅੱਧਾ ਸਟੰਟ ਵੀ ਕਰਦੀ ਹੈ ਇੱਕ ਅੱਧਾ ਮਤਲਬ ਠੀਕ ਆ ਅਤੇ ਅੱਜ ਇੰਨਾ ਹੀ ਯਾਰ ਅਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦੱਸੋ ਫਿਰ ਫੋੜ ਕਿਵੇਂ ਲੱਗਿਆ ਕਮੈਂਟਾਂ 'ਚ ਜਿਹੜੀ ਆਪਾਂ ਸਤਰੀ ਸੁਤਰੀ ਲਾਈ ਆ ਅਤੇ ਟਰਬੋ ਵੱਡੀ ਲਾਈ ਸੀ ਇਹਦੇ ਪਿੱਛੇ ਲੋਗੋ ਲਾਇਆ
ਅਤੇ ਮਿਲਦੇ ਹਾਂ ਫਿਰ ਕਿਸੇ ਘੈਂਟ ਜੀ ਵੀਡੀਓ ਦੇ ਵਿੱਚ ਮਿੱਤਰੋ, ਅੱਜ ਲਈ ਇੰਨਾ ਹੀ। ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਕਰ ਦਿਓ ਅਤੇ ਲਾਈਕ ਕਰ ਦਿਓ ਵੀਡੀਓ ਨੂੰ, ਠੀਕ ਹੈ ਮਿੱਤਰੋ, ਓਕੇ ਫਿਰ।